हाँ भाई प्यारे हो विनीपैग विच हाँ DLM एक इत्थे वेयरहाउस है जिथे ट्रक लगते ट्रक आके रुकते ने उदे विच फिर समान लोड हुंदा है फिर ट्रकां वाले उत्थों दूजे थां ते जांदे ने आपां ट्रक तां बहुत वेखे ने ते जिहड़ा वेयरहाउस है जिथे वेयरहाउस विच जिथे समान आउंदा है लगता है विनीपैग दे एक बंदे ने बड़े मेहनती ने उन्हां बंदिआं दे आपां आए हाँ इधर अज ते वो आपां तुहानूं विखावांगे विच्चों भी वेयरहाउस विच्चों किदां हुंदा है किदां समान लै जांदा है किवें समान लगता है कित्थे ट्रक लगते ने किवें फिट हुंदे ने वो मैं विखावांगा आपां कोशिश करांगे दो तीन चार मिनट दे विच इहनूं खत्म कर दईए छोटा जिहा तां जो तुहाडे ये ब्रेन विच बैठ जाएगा भी इदां दा हुंदा है। आ देखो बाहर अगे निगाह मारो गड्डी जा रही है वो देखो अगे जा रही बारों ट्रक लग्या हुआ बिच आ बूथा इहदा बाहर नूं है ट्रक बिच करता ठीक है। आ देखो इत्थे लगदे ने ट्रक हुण तुहानूं मैं दिखाऊंगा कमलदीप खैरा ने भाई साहब जिहड़े साडे विनीपैग दे ते मिठू बराड ये ने इहनां दे पार्टनर उहनां दा ब्रदर छोटा ਅਤੇ ਇਹ ਆਪਾਂ ਨੂੰ ਹੁਣ ਸਾਰਾ ਵੇਅਰਹਾਊਸ ਬਾਹਰ ਤੋਂ ਲੈ ਕੇ ਅੰਦਰ ਤੱਕ ਵਿਖਾਉਣਗੇ ਵੀ ਟਰੱਕ ਲੱਗਦੇ ਕਿਵੇਂ ਹੈ ਸਮਾਨ ਕਿੱਦਾਂ ਲਾਉਂਦੇ ਹੈ ਕਿੱਦਾਂ ਵਿੱਚ ਰੱਖਦੇ ਹੈ ਫਿਰ ਟਰੱਕਾਂ ਵਾਲੇ ਇੱਥੋਂ ਅੱਗੇ ਕਿਵੇਂ ਚੱਲਦੇ ਹੈ ਇਹ ਆਪਾਂ ਸਾਰਾ ਥੋੜ੍ਹਾ ਜਿਹਾ ਘੁੰਮ ਲੈਂਦੇ ਹਾਂ ਵੇਖ ਲੈਂਦੇ ਹਾਂ ਅਤੇ ਤੁਸੀਂ ਇਹ ਫਿਰ ਆਪਣੇ ਘਰਾਂ ਦੇ ਵਿੱਚ ਵੇਖ ਸਕਦੇ ਹਾਂ ਆਪਣੇ ਦਿਮਾਗ 'ਚ ਪਿਕਚਰ ਬਣ ਸਕਦੀ ਵੀ ਹਾਂ ਇੱਦਾਂ ਹੁੰਦਾ ਹੈ ਜਿਹੜੇ ਬੱਚੇ ਕੈਮਰਾ ਵਗੈਰਾ ਆਉਣੇ ਨੇ ਉਹਨਾਂ ਨੇ ਟਰੱਕ ਚਲਾਉਣੇ ਨੇ ਜਿਨ੍ਹਾਂ ਨੇ ਕੰਮ ਕਰਨੇ ਨੇ ਉਹਨਾਂ ਲਈ ਫਿਰ ਈਜ਼ੀ ਹੋ ਜਾਂਦਾ ਵੈਸੇ ਹੀ ਨੌਲੇਜ ਵਾਸਤੇ ਵੇਖਣਾ ਸਮਝਣਾ ਹਰ ਚੀਜ਼ ਨੂੰ ਚਾਹੀਦਾ ਇੱਥੇ ਆ ਕੇ ਉਹਨਾਂ ਨੇ ਟ੍ਰੇਲਰ ਲਾ ਦੇਣਾ ਜੀ ਆਪਾਂ ਅੰਦਰੋਂ ਦੱਸ ਦਿੱਤਾ ਵੀ ਆਹ ਡੌਗ ਤੇ ਟ੍ਰੇਲਰ ਲਾ ਲਓ ਪਲੇਟ ਨੇ ਵਿੱਚ ਆਏ ਨਾ ਟ੍ਰੇਲਰ ਦੇ ਮੁੜ ਕੇ ਲੰਘਣਾ ਕਰਨਾ ਸਾਰਾ ਕੁਛ ਇੱਥੇ ਸਮਾਨ ਅਲੱਗ ਅਲੱਗ ਪਿਆ ਇਹ ਅਲੱਗ ਅਲੱਗ ਹੈ ਜੀ ਆਹ ਹੈਗਾ ਡਰਾਈ ਸਾਰਾ ਅੱਛਾ ਇਹ ਆਟਾ ਜੀ ਬੇਕਰੀਆਂ 'ਚ ਜਾਂਦਾ ਜੀ ਆਟਾ ਸਾਰਾ ਓਕੇ ਅਤੇ ਜਿੱਥੋਂ ਆਪਾਂ ਨੂੰ ਕੁੱਕੀਆਂ ਕੇਕ ਜਾਂ ਚੀਜ਼ਾਂ ਬਣਦੀਆਂ ਬਿਸਕੁਟ ਵਗੈਰਾ ਇੱਥੇ ਬੇਕਰੀਆਂ ਜੀ ਅੱਛਾ ਅਤੇ ਬੇਕਰੀਆਂ ਦੇ ਵਿੱਚ ਆਪਾਂ ਆਟਾ ਜਿਹੜਾ ਜਾਂ ਮੈਦਾ ਉਹ ਚੀਜ਼ਾਂ ਆਪਾਂ ਇੱਥੇ ਰੱਖਦੇ ਹਾਂ ਜੀ ਇਹਨਾਂ ਠੀਕ ਹੈ ਜੀ ਇਹ ਆਹ ਜਿਹੜਾ ਡਰਾਈ ਹੈ ਸਾਰਾ ਧੁਰ ਤੋਂ ਧੁਰ ਇਹ ਸਾਰਾ ਆਹੀ ਕੰਮ ਵਾਲਾ ਜੀ ਆਟਾ ਡਰਾਈ ਸਮਾਨ ਸਾਰਾ ਪਿਆ ਪਿਆ ਹਾਂਜੀ ਟਰੱਕਾਂ ਵਾਲਿਆਂ ਨੇ ਆਉਣਾ ਜਿੱਦਾਂ ਦਾ ਟਰੱਕਾਂ ਵਾਲਿਆਂ ਨੂੰ ਲੋਡ ਮਿਲਣਾ ਹੈ ਹਾਂਜੀ ਜੇ ਡਰਾਈ ਮਿਲਿਆ ਅੱਛਾ ਫਿਰ ਤੁਸੀਂ ਚੱਕਣਾ ਇੱਥੋਂ ਕਾਹਦੇ ਤੇ ਚੱਕਣਾ ਜੀ ਉਹ ਫੋਰਕਲਿਫਟ ਹੈ ਆ ਇੱਥੇ ਸਾਰੀ ਚਾਰਜ ਦੇ ਲਾ ਜਾਂਦੀ ਇਹ ਸ਼ੁਰੂ ਹੋ ਜਾਂਦਾ 4 ਵਜੇ ਵੇਅਰ ਹਾਊਸ ਓਪਨ ਅੱਛਾ ਸਵੇਰੇ ਇਹ ਬੜਾ ਕੰਮ ਸਵੇਰੇ ਸਵੇਰੇ ਹੀ ਹੈ ਜੀ ਤੇ ਚਾਰਜ ਲੱਗਦੀ ਹੈ ਹਾਂਜੀ ਆਹ ਸਾਰੇ ਚਾਰਜ ਲੱਗੇ ਹੋਏ ਜੀ ਉਹ ਲਾਤਾ ਜੀ ਰਾਤ ਨੂੰ ਲਾ ਜਾਂਦੇ ਸ਼ਾਮ ਨੂੰ ਸਵੇਰ ਨੂੰ ਆਉਂਦੇ ਆ ਇੰਡੀਆ ਨਾਲੋਂ ਸਾਡਾ ਕਿੰਨਾ ਫਰਕ ਹੈ ਕਿੰਨੇ ਬੰਦੇ ਉੱਥੇ ਜ਼ਿਆਦਾ ਕੰਮ ਕਰਦੇ ਆ ਪਰ ਇੱਥੇ ਵੇਅਰਹਾਊਸ ਦਾ ਸਿਸਟਮ ਕਿੰਨਾ ਵਧੀਆ
ਰੱਖ ਦੇ ਨਾਲ ਉਹ ਲੱਗਿਆ ਹੀ ਹੈ ਜਿਵੇਂ ਉਹ ਜਿਹੜਾ ਲੱਗਿਆ ਹੋਇਆ ਉਹ ਦਿਖਾਇਆ ਉਦਾਂ ਚੱਕ ਕੇ ਦਿਖਾ ਸਮਾਨ ਇਹ ਟ੍ਰੇਲਰ ਲੱਗਿਆ ਹੋਇਆ ਹੈ ਨਾ ਹਾਂਜੀ ਇਹ ਭਰਿਆ ਹੋਇਆ ਆਪਾਂ ਹਾਂਜੀ ਇਦਾਂ ਇਹਨੂੰ ਲੱਦ ਦੇਣਾ ਤਿਆਰ ਕਰ ਦੇਣਾ ਫਿਰ ਟਰੱਕਾਂ ਵਾਲੇ ਜਿਹੜੇ ਨੇ ਲੈ ਕੇ ਅੱਗੇ ਚੱਲ ਪੈਣਾ ਇੱਥੋਂ ਅੱਗੇ ਗੱਲਬਾਤ ਸ਼ੁਰੂ ਹੁੰਦੀ ਹੈ ਸਾਰੀ ਟਰੱਕ ਨਹੀਂ ਦੇ ਤੂੰ ਅੱਗੇ ਸ਼ੁਰੂ ਹੋ ਜਾਂਦਾ ਬਾਈ ਇੱਥੋਂ ਸਟਾਰਟ ਹੋ ਜਾਂਦਾ ਭਰ ਦੇਣਾ ਇੱਦਾਂ ਫਿਰ ਤੁਸੀਂ ਦੱਸ ਦਿਓ ਤੁਹਾਡਾ ਲੋਡ ਰੈਡੀ ਹੈ ਹਾਂਜੀ ਤਾਂ ਚੱਕ ਲਓ ਚੱਕ ਲਓ ਸਾਰਾ ਤਰ੍ਹਾਂ ਦੀ ਆ ਜਾਂਦੇ ਇਹ ਡਰਾਈ ਹੋ ਗਿਆ ਸਾਰਾ ਜੀ ਡਰਾਈ ਸਮਾਨ ਆਈਸਕ੍ਰੀਮ ਹੋ ਗਈ ਜੀ ਆਈਸਕ੍ਰੀਮ ਇਹਦਾ ਟੈਂਪਰੇਚਰ ਜੀ ਬਾਹਰ ਇਹਦਾ ਮਾਈਨਸ 15 ਹੋਣਾ ਜੀ ਬਾਹਰ ਜਿਹੜੀ ਅਸੀਂ ਮੇਨਟੇਨ ਰੱਖਣਾ ਜੀ ਟੈਂਪਰੇਚਰ ਮਾਈਨਸ 15 ਟੈਂਪਰੇਚਰ ਹੈ ਮਾਈਨਸ 15 ਇਹਦੇ ਵਿੱਚ ਇੰਨਾ ਠੰਡਾ ਹੈ ਇਹਦੇ ਵਿੱਚ ਆਈਸਕ੍ਰੀਮ ਵਗੈਰਾ ਠੰਡੀਆਂ ਚੀਜ਼ਾਂ ਇਹਦੇ ਵਿੱਚ ਜੋ ਪਈਆਂ ਆਈਸਕ੍ਰੀਮਾਂ ਵਗੈਰਾ ਜੀ ਜਿਵੇਂ ਸਾਰਾ ਕਰੀਮਾਂ ਆਈਸਕ੍ਰੀਮਾਂ ਜੋ ਰੱਖਣੀਆਂ ਟੈਂਪਰੇਚਰ ਦੇ ਵਿੱਚ ਫ੍ਰੀਜ਼ ਕਰਕੇ ਆਹ ਕੂਲਰ ਹੈ ਜੀ 34 ਬਾਬਾ ਜੀ ਆਹ ਕੂਲਰ ਹੈ ਜੀ ਇਹ ਉੱਤੇ ਲਿਖਿਆ ਬਾਹਰ ਇਹ 34 ਅਤੇ ਉਹ ਫਰੈਸ਼ ਰੱਖਦਾ ਜੀ ਸਾਰੇ ਆਡਾ ਟੈਂਪਰੇਚਰ ਹੈ ਜਿਹੜੀ ਵੀ ਚੀਜ਼ ਹੈ ਟੀ ਵੀ ਸਰ ਡਰਾਈ ਹੈ ਸਾਰਾ ਡਰਾਈ ਉੱਧਰ ਗੱਤਾ ਆ ਗਿਆ ਜੀ ਜਿਹ 'ਚ ਪੈਕਿੰਗ ਹੁੰਦੀ ਹੈ ਉਹਦੇ 'ਚ ਪੈਕ ਕਰਨਾ ਜਿਹ 'ਚ ਪੈਕ ਕਰਨਾ ਸਮਾਨ ਸਾਰਾ ਉਸ ਉੱਧਰ ਲੰਮਾ ਵੇਰਾ ਉੱਥੇ ਸਾਰਾ ਦੱਸਿਆ ਇਹ ਵੀ ਡਰਾਈ ਇਹ ਵੀ ਡਰਾਈ ਆ ਬਾਕੀ ਜਿਹੜਾ ਬਾਹਰ ਪਿਆ ਸਾਰਾ ਡਰਾਈ ਹੈ ਜੀ ਠੀਕ ਇਹ ਕੀ ਹੈ ਇਹ ਫਰੈਸ਼ ਆ ਇਹਦੇ ਵਿੱਚ ਕਿੰਨਾ ਦੁੱਧ ਵਾਲਾ ਜਿਹੜਾ ਸਿਸਟਮ ਹੈ ਨਾ ਸਸਤਾ ਵੀ ਬਹੁਤ ਹੈ ਬਿਲਕੁਲ ਕਮਾਈ ਦੇ ਹਿਸਾਬ ਨਾਲ ਤਾਂ ਹੁਣ ਜੇ ਮੰਨ ਲਓ 100 ਕੁਇੰਟਲ ਦੁੱਧ ਵੀ ਬੰਦਾ ਹਾਂਜੀ ਜੇ ਮਹੀਨੇ ਵਿੱਚ ਪੀ ਵੀ ਲਵੇ ਬਿਲਕੁਲ ਤਾਂ 100 ਡਾਲਰ ਦਾ ਹੀ ਬਣਿਆ ਬਿਲਕੁਲ ਜੀ ਮਤਲਬ ਇਹ 100 ਡਾਲਰ ਦਾ ਹੀ ਬਣਿਆ ਬਿਲਕੁਲ ਬਿਲਕੁਲ ਜੀ ਹਾਂਜੀ ਨਾਲੇ ਚੱਕਰ ਇਹ 1 ਡਾਲਰ ਦਾ 1 ਲੀਟਰ ਬਣ ਗਿਆ ਹਾਂਜੀ ਤੇ ਕੁਇੰਟਲ ਦੁੱਧ ਬਣਿਆ 100 ਡਾਲਰ ਦਾ ਹਾਂਜੀ ਕੁਇੰਟਲ ਦੇਖੋ ਦੁੱਧ ਬੰਦਾ ਇੱਕ ਮਹੀਨੇ ਵਿੱਚ ਕਦੇ ਨਹੀਂ ਪੀ ਸਕਦਾ ਬਿਲਕੁਲ ਕੁਇੰਟਲ ਦੁੱਧ ਜੇ ਆਪਾਂ ਉਸ ਹਿਸਾਬ ਦੇਖੀਏ ਇੱਥੇ ਜਿਹੜਾ ਮਿਨੀਮਮ ਵੇਜ ਆ ਜੀ ਲੋਕਾਂ ਦੀ ਰੱਖੀ ਹੋਈ ਉਹਨਾਂ ਨੇ $12 ਲਾ ਲਓ ਸੀ ਹੁਣ 8 ਘੰਟੇ ਉਹਨੇ ਕੰਮ ਕਰਨਾ ਜੀ 12 8 96 ਜੇ ਆਪਾਂ ਕਹਿ ਦਈਏ 100 ਡਾਲਰ ਉਹ ਕੋਈ ਵੀ ਕੰਮ ਕਰੂਗਾ ਉਹਨੂੰ ਇੰਨਾ ਕੁ ਤਾਂ ਬਣਨਾ ਹੀ ਹੈ ਬਣਨਾ ਹੀ ਹੈ ਠੀਕ ਹੈ ਜੀ ਹੁਣ $100 ਦੇ ਵਿੱਚ ਕੋਈ ਜਿਹੜੇ ਸਭ ਨੂੰ ਥੱਲੇ ਜੋਬ ਆ ਜੀ ਉਹਦੇ ਉੱਤੇ ਤਾਂ ਗਾਂਹ ਦੀ ਗਾਂਹ ਵਧੀ ਜਾਓ ਵੱਖਰੀ ਗੱਲ ਆ ਹੁਣ 100 ਦੇ ਵਿੱਚ ਉਹਦੀ ਜਿਹੜੀ ਦੁੱਧ ਆ ਲਾ ਲਓ ਵੀ ਦਿਹਾੜੀ ਦਾ 4 ਲੀਟਰ ਪੀ ਨਹੀਂ ਹੋਣਾ ਬੰਦੇ ਕੋਲ ਲਾ ਲਓ 4 ਦੁੱਧ ਆ ਗਿਆ ਇੱਕ ਵੰਡ ਪੂਰੀ ਪ੍ਰੋਪਰ ਕੀਤੀ ਹੋਈ ਹੈ ਬੰਦਾ ਗੁਜ਼ਾਰਾ ਵਧੀਆ ਕਰ ਸਕਦਾ ਜੇ $100 ਕਮਾ ਰਿਹਾ ਤਾਂ ਸਿਰਫ $1 ਦੇ ਨਾਲ ਲੀਟਰ ਦੁੱਧ ਆ ਜਾਣਾ ਵਾਧੂ ਵਾਧੂ ਹਾਂਜੀ ਮੁੱਕਦਾ ਨਹੀਂ ਮੁੱਕਦਾ ਨਹੀਂ ਸਾਰੀ ਚੀਜ਼ਾਂ ਹੀ ਆਈ ਕੋਈ ਸਬਜ਼ੀ ਆਟਾ ਸਾਰੀਆਂ ਚੀਜ਼ਾਂ ਦਾ ਹੀ ਰੇਟ ਐਂ ਕੀਤਾ ਹੈ ਜੀ ਅੱਛਾ ਬਾਕੀ ਸਮਾਨ ਹੈ ਸਾਰਾ ਹਾਂਜੀ ਇਹ ਪ੍ਰੋਪਰ ਆਏ ਆ ਜੀ ਆਈ ਨਹੀਂ ਹੈਗਾ ਕੋਈ ਵੀ ਇਹਦਾ ਪ੍ਰੋਪਰ ਉਹ ਇੰਸਪੈਕਟ ਕਰਦੇ ਆ ਆਪਣੇ ਆ ਕੇ ਕੋਈ ਆਈ ਨਹੀਂ ਕਿ ਚੂਹੇ ਤੁਰੇ ਫਿਰਨਗੇ ਜਾਂ ਕੋਈ ਕੀੜੇ ਮਕੂੜੇ ਤੁਰੇ ਫਿਰਨਗੇ ਜੀ ਮਤਲਬ ਜਿੱਥੇ ਸਮਾਨ ਜਿੱਥੋਂ ਮਿਲਦਾ ਹੈ ਉਹ ਤਾਂ ਹੈ ਹੀ ਥਾਂ ਵਧੀਆ ਪਰ ਜਿੱਥੇ ਰੱਖਿਆ ਹੁੰਦਾ ਹੈ ਇਹ ਵੇਅਰ ਹਾਊਸ ਹੈ ਜਿੱਦਾਂ ਇਹ ਵੀ ਚੈੱਕ ਕਹਿੰਦੇ ਹੁੰਦਾ ਹੈ ਕੋਈ ਕੀੜੇ ਨਹੀਂ ਕੋਈ ਚੂਹੇ ਨਹੀਂ ਕੋਈ ਗੰਦ ਮੰਦ ਨਹੀਂ ਕੋਈ ਸਮੈਲ ਨਹੀਂ ਬਿਲਕੁਲ ਸਾਫ਼ ਸੁਥਰਾ ਕਲੀਨ ਹੁੰਦਾ ਹੈ ਇਹ ਨਹੀਂ ਵੀ ਜਿੱਥੇ ਦਿਖਾਇਆ ਜਾਂਦਾ ਉੱਥੇ ਹੀ ਕਲੀਨ ਹੈ ਪਿੱਛੇ ਵੀ ਕਲੀਨ ਹੈ ਜਿੱਦਾਂ ਹੁਣ ਆਪਣੇ ਨਹੀਂ ਵੇਖਦੇ ਆਪਾਂ ਕਈ ਥਾਵਾਂ 'ਤੇ ਬਾਹਰ ਤਾਂ ਲੱਗਦਾ ਵੀ ਵੱਟ ਕੱਢੇ ਪਏ ਆ ਕਿੰਨਾ ਸੋਹਣਾ ਹੈ ਅਤੇ ਜਦੋਂ ਆਪਾਂ ਅੰਦਰ ਜਾ ਕੇ ਵੇਖਦੇ ਹਾਂ ਉੱਥੇ ਤੁਸੀਂ ਖੜ ਨਹੀਂ ਸਕਦੇ ਗੰਦ ਮੰਦ ਅੰਦਰ ਬਹੁਤ ਹੁੰਦਾ ਪਰ ਇੱਥੇ ਆ ਸਾਰਾ ਸਮਾਨ ਪਿਆ ਹੈ ਪੂਰਾ ਕੋਈ ਇੱਕ ਵੀ ਕਿਤੇ ਕੋਈ ਚੂਹਾ ਨਹੀਂ ਵੜ ਜਾਣਾ ਇੱਥੇ ਇੰਨਾ ਸੇਫ ਹੈ ਅਤੇ ਬਾਕੀ ਫਿਰ ਅੱਗੇ ਜਾ ਕੇ
ਅੱਗੇ ਜਦੋਂ ਪਹੁੰਚਦਾ ਹੈ ਉੱਥੇ ਵੀ ਬਹੁਤ ਧਿਆਨ ਰੱਖਦੇ ਆ। ਜਿਹੜੇ ਟ੍ਰੇਲਰ 'ਚ ਲੋਡ ਕਰਨਾ ਉਹ ਸਾਫ਼ ਦੇਖਣਾ ਸਾਡੀ ਜ਼ਿੰਮੇਵਾਰੀ ਹੈ ਜੀ, ਸਾਫ਼ ਆ ਜਿਹ 'ਚ ਪੂਰ ਅਸੀਂ ਲੱਦਣਾ ਲੋਕਾਂ ਨੇ, ਹੈ ਨਾ ਜੀ। ਉਹ ਸਾਫ਼ ਜੇ ਨਾ ਹੋਇਆ ਅਸੀਂ ਉਹਨੂੰ ਕਹਿ ਦੇਣਾ ਅਸੀਂ ਲੋਡ ਨਹੀਂ ਕਰਨਾ, ਉਹ ਕਰਾ ਕੇ ਲਿਆਵੇ ਸਾਫ਼ ਕਦੋਂ ਮਰਜ਼ੀ, ਧਵਾ ਕੇ ਲਿਆਵੇ ਜੋ ਮਰਜ਼ੀ, ਉਹਨੂੰ ਪਤਾ ਹੀ ਹੁੰਦਾ ਹੁਣ ਤਾਂ ਸਾਰਿਆਂ ਨੂੰ, ਉਹ ਕਰਾ ਕੇ ਲਿਆਉਂਦੇ ਆ ਜੀ। ਉਹਦੀ ਪਹਿਲਾਂ ਚੈੱਕ ਕਰਨਾ ਵੀ ਸਾਫ਼ ਸੁਥਰਾ ਵਾ, ਫਿਰ ਜਦੋਂ ਲੋਡ ਕਰਤਾ ਲੋਡ ਬੰਦ ਕਰਕੇ ਸੀਲ ਲਾਉਣਾ, ਉਹਨੂੰ ਸੀਲ ਲਾ ਕੇ ਬੰਦ, ਉਦੋਂ ਬਾਅਦ 'ਚ ਸੀਲ ਜਿੱਥੇ ਲੈਣਾ ਉਹੀ ਖੋਲਣਗੇ, ਉਹਨਾਂ ਨੇ ਚੈੱਕ ਕਰਨਾ। ਮਤਲਬ ਫੂਡ ਨਾਲ ਕੁਛ ਵੀ ਆਈ ਨਹੀਂ ਹੈਗਾ ਵੀ ਕੋਈ ਆਹ ਡੱਬਿਆਂ 'ਚ ਬੈਗ ਹੈ ਬਾਬਾ ਜੀ, ਇਹ ਬੈਗ ਮੰਨ ਲਓ ਵੀ ਇਹ ਪੈਕ ਹੀ ਆ ਅਤੇ ਇਹਨਾਂ ਦੀ ਵੀ ਸਾਡੇ ਕੋਲ ਐਕਸਪਾਇਰੀ ਡੇਟ ਆ, ਜੇ ਐਕਸਪਾਇਰ ਹੋ ਗਿਆ ਅਸੀਂ ਭੇਜਣਾ ਹੀ ਨਹੀਂ, ਅੱਗੇ ਨਹੀਂ ਭੇਜਣੇ, ਕਿਉਂਕਿ ਇਹਨਾਂ 'ਚ ਬ੍ਰੈਡ ਪੈਕ ਹੋਣੀ ਉੱਥੋਂ, ਬ੍ਰੈਡ ਪੈਕ ਇਹਦਾ 'ਚ ਹੋਣਾ, ਇਹਦੇ 'ਚ ਪੈਕ ਹੀ ਹੋਣਾ ਆ, ਪੈਕ ਹੀ ਹੋਣਾ, ਮਤਲਬ ਇਹਦੀ ਵੀ ਐਕਸਪਾਇਰੀ ਡੇਟ, ਐਕਸਪਾਇਰੀ ਡੇਟ, ਤੇ ਜੇ ਡੇਟ ਲੰਘ ਗਈ ਫਿਰ ਅਸੀਂ ਸੁੱਟ ਦੇਣੇ, ਸੁੱਟ ਦੇਣਾ। ਹਾਂਜੀ, ਅੱਛਾ, ਖਾਣ ਵਾਲੀਆਂ ਚੀਜ਼ਾਂ ਜਿੱਦਾਂ ਕੋਈ ਲੇਟ ਹੋ ਜਾਣ ਉਹ ਫਿਰ ਉਹ ਵੀ ਸੁੱਟ ਦੇਣੀ, ਸੁੱਟ ਦੇਣੀ ਸਾਰੀਆਂ ਸਿਸਟਮ 'ਚ, ਜਦੋਂ ਸਿਸਟਮ ਨੇ ਕਹਿ ਦਿੱਤਾ ਵੀ ਆਹ ਚੀਜ਼ ਤੁਹਾਡੀ ਐਕਸਪਾਇਰ ਹੋ ਗਈ ਆ ਅਸੀਂ ਉਸ ਵੇਲੇ ਕੱਢ ਦੇਣੀ। ਦੂਜੀ ਚੀਜ਼ ਇਹ ਨਹੀਂ ਬਾਬਾ ਜੀ, ਇੱਥੇ ਜਿਵੇਂ ਆਪਾਂ ਹੁਣ ਉੱਥੇ ਮਕੇਨ 'ਚ ਕੰਮ ਕਰਦੇ ਹਾਂ ਜੀ, ਉੱਥੇ ਕੀ ਸੀ, ਇੱਕ ਟ੍ਰੇਲਰ ਪੂਰਾ ਪੈਕ ਹੋ ਗਿਆ, ਉਹਦੇ 'ਚ ਨਾ ਉਹ ਸਟੈਂਪ ਲਾਉਣਾ ਭੁੱਲ ਗਏ ਪੈਕਿੰਗ 'ਤੇ ਵੀ ਇਹਦੇ 'ਚ ਸ਼ਾਇਦ ਆਂਡਾ ਹੋ ਸਕਦਾ ਕਿ ਨਹੀਂ, ਇੱਕ ਮੇ ਕੰਟੇਨ ਐਗ ਹੋਣਾ, ਕੱਲੀ ਸਟੈਂਪ ਲਾਉਣਾ ਭੁੱਲ ਗਏ ਆਪਦੀ ਸੇਫ ਸਾਈਡ। ਸਾਨੂੰ ਉਹ ਕਹਿੰਦੇ ਵੀ ਟ੍ਰੇਲਰ ਡੰਪ ਕਰਕੇ ਆਓ, ਵੀ ਇਹ ਆਪਾਂ ਟੋਆ ਪਟਣਾ ਥੱਲੇ, ਉੱਥੇ ਦੱਬਣਾ, ਉੱਤੇ ਕਰਨਾ ਕਵਰ, ਪੂਰੀ ਵੀਡੀਓ ਬਣਾਉਣੀ, ਸਾਰਾ ਕੁਝ ਪੇ ਕਰਦੇ ਆ ਉਹਨਾਂ ਨੂੰ। ਜਦੋਂ ਮੈਂ ਕਿਹਾ ਵੀ ਇਹ ਆਪਾਂ ਕਿਸੇ ਨੂੰ ਦੇ ਦਿੰਦੇ ਹਾਂ ਵੀ ਖਾ ਲੈਣਗੇ, ਵੀ ਜੇ ਜਿਹੜੇ ਖਾ ਲੈਂਦੇ ਆ ਉਹ ਤਾਂ ਖਾ ਲੈਣ, ਉਹ ਕਹਿੰਦੇ ਫੂਡ ਆ ਇਹਦੀ ਪੂਰਵ, ਹੁਣ ਆਪਾਂ ਵੀ ਜੇ ਸਿੱਟ ਕੇ ਆਉਣਾ ਇਹਦੀ ਰਸੀਦਾਂ ਦੇ ਦੀਆਂ ਵੀ ਆਹ ਜਗ੍ਹਾ ਸਿੱਟ ਕੇ ਆਏ ਹਾਂ, ਇੰਨੇ ਪੈਸੇ ਅਸੀਂ ਕੀਤੇ ਆ, ਉਹ ਆਪਾਂ ਉਹਨੂੰ ਪੈਸੇ ਦਿੰਦੇ ਆ, ਪ੍ਰੋਪਰ ਇੱਕ ਸਿਸਟਮ ਦਾ ਹੁੰਦਾ, ਐਂ ਨਹੀਂ ਹੈਗਾ ਮੈਨੂੰ ਕਹਿ ਦੇਣ ਸਿੱਟਦੇ ਤਾਂ ਮੈਂ ਚੱਕ ਕੇ ਗਾਂਹ ਵੇਚ ਦੂੰ ਕਿਤੇ। ਉਹ ਚੀਜ਼ ਕੀ ਸੀ ਜਿਹੜੀ ਤੁਹਾਨੂੰ ਕਿਹਾ ਡੰਪ ਕਰਕੇ? ਉਹ ਫਰਾਈਆਂ ਸੀਗੀਆਂ ਜੀ, ਫਰਾਈਆਂ ਤੇ ਇਕੱਲੀ ਪੈਕ, ਸਾਰਾ ਕੁਛ ਸਹੀ ਸੀ, ਪੈਕ ਹੋ ਗਿਆ, ਪ੍ਰੋਪਰ ਹੋ ਗਿਆ, ਉਹ ਤੇ ਸਟੈਂਪ ਲਾਉਣੀ ਭੁੱਲ ਗਏ, ਟ੍ਰੇਲਰ ਗਾਂਹ ਤੁਰ ਲੱਗਿਆ ਉਹ ਕਹਿੰਦੇ ਸਟੈਂਪ ਭੁੱਲ ਗਏ, ਸਟੈਂਪ ਕਾਹਦੀ ਲਾਉਣੀ ਸੀ ਵੀ ਇੱਕ ਮੇ ਕੰਟੇਨ ਸੋਏ, ਉਹ ਕੋਈ ਵੀ ਅਲਰਜੀ ਵਾਸਤੇ ਵੀ ਉਹ ਸੋਇਆ ਪ੍ਰੋਡਕਟ ਇਹਦੇ ਵਿੱਚ ਹੋ ਸਕਦਾ ਕਿ ਨਹੀਂ ਹੋ ਸਕਦਾ, ਜਾਂ ਐਗ ਹੋ ਸਕਦਾ, ਉਹ ਤੇ ਸਟੈਂਪ ਲੱਗਦੀ ਪੈਕਿੰਗ 'ਤੇ, ਉਹ ਪੈਕਿੰਗ 'ਤੇ ਇਕੱਲੀ ਸਟੈਂਪ ਨਹੀਂ ਲੱਗੀ, ਫੂਡ ਨੂੰ ਕੁਛ ਨਹੀਂ ਹੋਇਆ ਸੀ, ਅਤੇ ਫਿਰ ਵੀ ਉਹਨੂੰ ਸਾਰਾ ਡਿਸਪੋਜ਼ ਕਰਾਇਆ, ਵੀਡੀਓ ਬਣਵਾਈ ਜਿੱਥੇ ਡਿਸਪੋਜ਼ ਕਰਾਇਆ ਹੀ ਨਹੀਂ, ਮੈਂ ਸਿੱਟਤਾ ਕੋਈ ਚੱਕ ਕੇ ਲੈ ਜੂ ਕਾਂ ਘਰੇ ਲੈ ਜੂ, ਪ੍ਰੋਪਰ ਤਰੀਕਾ ਫੂਡ ਦਾ ਤਾਂ ਧਰਤੀ ਦੇ ਵਿੱਚ ਦੱਬਿਆ ਸਾਰਾ ਕੁਛ ਸਿੱਟਿਆ, ਕਿਸੇ ਨੂੰ ਗਲਤ ਨਹੀਂ ਖਵਾਉਣਾ, ਇਸੇ ਕਰਕੇ ਹੀ ਇਹ ਕੈਨੇਡਾ ਨੇ, ਇਹ ਦੇਸ਼ ਇੱਦਾਂ ਦੇ ਨੇ ਜਿੱਥੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ, ਖਾਸ ਕਰਕੇ ਤੁਹਾਡੀ ਸਿਹਤ ਦਾ, ਤੁਹਾਡੀ ਸੇਫਟੀ ਦਾ, ਹਰ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ, ਇਸੇ ਕਰਕੇ ਇਸ ਵਰਗਾਂ ਵਰਗੇ ਮੁਲਕ। ਹੁਣ ਸਾਡੇ ਜੀ ਪੂਰਾ ਆਡਿਟ ਹੁੰਦਾ ਹੈ, ਜਿਵੇਂ ਆਹ ਲਾਈਨਾਂ ਵੀ ਖੱਟੀਆਂ ਵਾ, ਉਹਨਾਂ ਨੇ ਦੱਸਿਆ ਵੀ ਇੱਥੇ ਲਾਈਨ ਚਾਹੀਦੀ ਸੇਫਟੀ ਵਾਸਤੇ। ਅੱਛਾ, ਉਵੇਂ ਹੀ ਮੇਨਟੇਨ ਕਰਨਾ ਪੈਂਦਾ ਵੀ ਆਹ ਚੀਜ਼ ਆ, ਇੱਧਰ ਬਾਬੂ ਸਾਰਾ ਗੱਤਾ ਪੈਕਿੰਗ ਵਾਲਾ ਸਮਾਨ ਹੀ ਹੈ ਜੀ। ਠੀਕ ਹੈ, ਲੰਬਾ ਜਾਂਦਾ ਹੈ ਸਾਰਾ। ਠੀਕ ਹੈ, ਉਹ ਦੱਸਦੇ ਆ ਕਿ ਕਿਸੇ ਵਰਕਰ ਦੇ ਜੇ ਅੱਖ 'ਚ ਕੋਈ ਪੈ ਗਿਆ, ਉਹ ਸਟੇਸ਼ਨ ਕਿੱਥੇ ਲਾਉਣਾ, ਉਹ ਲੱਗੇ ਹੋਏ ਆਪਣੇ ਵੀ ਅੱਖਾਂ ਦੇ ਛਿੱਟੇ ਮਾਰ ਲਓ। ਅੱਛਾ, ਵਰਕਰ ਦੀ ਵੀ ਇੰਨੀ ਸੋਚ ਆ, ਇੰਨਾ ਸੋਚ ਕੇ ਚੱਲਦੇ ਆ ਸਾਰਾ ਗੱਤਾ, ਗਾਂ ਦੂਜੇ ਪਾਸੇ ਵੀ ਆਪਣਾ ਹੀ ਹੈ ਜੀ। ਇਹ 'ਚ ਪੈਕ ਕਰਨਾ, ਇਹਦੇ 'ਚ ਫੂਡ ਪੈਕ ਹੋਣਾ ਜੀ, ਪੈਕ ਇਹਦੇ 'ਚ ਹੋਣਾ। ਹਾਂਜੀ, ਇਹਦੀ ਵੀ ਐਕਸਪਾਇਰੀ ਡੇਟ ਆ ਜੀ। ਓਕੇ, ਆਪਾਂ ਕਹਿੰਦੇ ਇੰਡੀਆ 'ਚ ਗੱਤੇ ਤਾਂ ਕੀ ਹੋਣਾ ਜੀ, ਗੱਤੇ ਨੂੰ ਜਦ ਤੱਕ ਸਹੀ ਆ ਸਹੀ ਆ, ਇਹਦੀ ਵੀ ਆਪਣੀ ਐਕਸਪਾਇਰੀ ਡੇਟ ਆ ਜੀ। ਜਿੰਨੇ ਵੀ ਸਾਡੇ ਕੋਲ ਸਾਰੇ ਪ੍ਰੋਡਕਟ ਪਏ ਸਾਰਿਆਂ ਦੀ ਐਕਸਪਾਇਰੀ ਡੇਟ ਆ, ਸਾਰਾ ਕੁਝ ਕੰਪਿਊਟਰ 'ਚ ਚੱਲਦਾ ਜੀ ਉਹ। ਅੱਛਾ, ਸਾਡੇ ਵੀਰਾਂ ਨੇ ਸਾਨੂੰ ਅੰਦਰੋਂ ਵੇਅਰ ਹਾਊਸ ਵਿਖਾ ਦਿੱਤਾ, ਮੈਨੂੰ 17-18 ਸਾਲ ਹੋ ਗਏ ਅਮਰੀਕਾ ਕੈਨੇਡਾ ਆਉਂਦਿਆਂ, ਪਰ ਮੈਂ ਅੰਦਰੋਂ ਨਹੀਂ ਸੀ ਕਦੇ ਵੇਖਿਆ, ਟਰੱਕ ਲੱਗੇ ਤਾਂ ਵੇਖੇ ਸੀ, ਬੈਕ ਹੋਏ ਪਰ ਅੰਦਰੋਂ ਫਿਰ ਕੇ ਨਹੀਂ ਸੀ ਵੇਖਿਆ, ਅੱਜ ਆਪਾਂ ਵੀ ਵੇਖ ਲਿਆ, ਅਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ, ਅੱਗੇ ਟਰੱਕ ਦੇਖਿਆ ਸੀ ਇੱਕ ਵਾਰੀ ਚੰਗੀ ਤਰ੍ਹਾਂ, ਘੁੰਮ ਫਿਰ ਕੇ ਮੈਂ ਤੁਹਾਨੂੰ ਵੀ ਵਿਖਾਇਆ ਸੀ, ਅਤੇ ਅੱਜ ਆਪਾਂ ਇਹ ਵੀ ਸਾਰਾ ਵੇਖ ਲਿਆ, ਅਤੇ ਵੀਰ ਤਰੱਕੀ ਕਰ ਰਹੇ ਆ, ਮਿਹਨਤ ਕਰ ਰਹੇ ਆ, ਇੱਥੇ ਤੱਕ ਪਹੁੰਚੇ ਆ, ਕਿੰਨੇ ਬੰਦਿਆਂ ਨੂੰ ਕੰਮ ਦੇ ਰਹੇ ਆ, ਨਾਲ ਹੋਰ ਵੀ ਲੱਗੇ ਰਹਿੰਦੇ ਆ, ਟੂਰਨਾਮੈਂਟ ਕਰਾ ਲਓ, ਆਹ ਕਰ ਲਓ, ਆਹ ਕਰ ਲਓ, ਕੁਛ ਨਾ ਕੁਛ ਆਪਣੀ ਕਮਿਊਨਿਟੀ ਵਾਸਤੇ ਵੀ ਕਰਦੇ ਰਹਿੰਦੇ ਆ, ਅਤੇ ਆਪਣਾ ਨਾਂ ਅਤੇ ਆਪਣਾ ਬਿਜ਼ਨਸ ਬਣਾਇਆ ਹੈ, ਇਸੇ ਤਰ੍ਹਾਂ ਅੱਗੇ ਵੀ ਤਕੜੇ ਹੋ ਕੇ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।